अस्सलाम वालेकुम दोस्तों, मैं मोहम्मद नईम। उम्मीद करें तुसा खैर खरीयत नाल होसो। बिस्मिल्लाह पढ़ के अज दा नवा ते ताज़ा व्लॉग करेंदे पए शुरू। अज असा वत वेंदे पए जना दूजी दीवार थी गई वे। अज असा वत वेंदे पए उस नहर ते बच्चे को गोलन वास्ते। रेस्क्यू टीम वाले ना वत आए वदन, हुण कश्ती भी आई वदी नाले। ओ जड़े तारे हिन ना सिलेंडर पिछु पा के अंदर वेंदे ना नहर दे, ओ भी आए वदन। ओई धोखा सवन के दिखेने आओ यार। व्यूवर थोड़े सामने ना रेस्क्यू टीम वाले ना कोशिश करेंदे खड़े, कोशिश को लगे पैन। तो इस साइड तो तुसा देख सकते वे सामने ना 1122 वाले दी ना कश्ती मौजूद है पे। सामने देख सकते उन्दे विच ना टीम मेंबर रेस्क्यू वाले दी ना अवेलेबल है पई। तो माशाल्लाह कोशिश को लगे पैन। व्यूवर तुसा दुआ करो कि लाश मिल वजे। अल्लाह ताला उन्हां दे ना घर वाले को ना सब्रो जमील अता फरमावे। तुसा व्यूवर दुआ करे, लाजमन दुआ करे तुसा। व्यूवर रेस्क्यू वाले ना ड्रोन कैमरा भी गिदे उदन। इन्ना दे ना को कंपनी दा सी पे ड्रोन कैमरा, ओ भी उड़दा खड़ा सामने। ओ इना वीडियो बना दे खड़ोते ड्रोन कैमरे नाल। व्यूवर इडू ना रेस्क्यू टीम मुकम्मल कश्ती समेत मौजूद है पे। सामने खड़ोती वे कश्ती, इडू खड़ोती वे रेस्क्यू टीम। तो ए ना रेस्क्यू टीम जड़ी है ना कोशिश करेंदी रही, हुण भी फिलहाल भी ना कोशिश करेंदे पे। आज रेस्क्यू टीम वाले ना ड्रोन भी गिन के आए गए, ड्रोन कैमरा। व्यूवर रेस्क्यू टीम वाले ना कोशिश कर लगे पे। सामने द्वारा ना कश्ती घुमाते पे, कश्ती ते ना कोशिश करेंदे पे कि लाश मिल जाए। कश्ती को ना गोल गोल घुमाते ताकि पानी ना गोल गोल घम सी तो तले कोई ऐसा होंगे ना लाश वगैरह या कोई चीज़ भी होंगी ना तो खुद ब खुद उत्ते तर आती है। कश्ती के घुमावन का यो फायदा होंगे कि पानी गोल गोल घूम लग जाए। थोड़े सामने जिमें कि ना गोल गोल घूमता पे, पानी बहुत ज़्यादा है पे, फुल नहर आती पी है। इस वजह तो ना कुछ ज़्यादा पानी नहीं पिया घूमता, लेकिन वत भी थोड़ा बहुत घूमता पिया। तकरीबन ना सवेरे 9 बजे तो घूम के ना 4 बजे तक नहर जड़ी है ना अद्धी चलती पी। हूँ वत ज़्यादा थी गई क्योंकि हम टाइम ही थी गया 4:30 का, नहर हूँ वत ना फुल थी गई। रेस्क्यू टीम वाले ना गोल गोल घुमाते पे, कोशिश को लगे पे। दुआ करो व्यूअर मिल वजे लाश, अल्लाह करम करे लाश मिल वजे।
ਵੀਵਰ ਰੈਸਕਿਊ ਟੀਮ ਵਾਲੇ ਨਾ ਕਾਫੀ ਸਫ਼ਰ ਕਰਨ ਤੋਂ ਬਾਅਦ ਨਾ ਬਹੁਤ ਜ਼ਿਆਦਾ ਅੱਗਾਂ ਆ ਗਏ ਸਾਹਮਣੇ ਉਹ ਪੁੱਲ ਨਜ਼ਰ ਆਉਂਦੀ ਪਈ ਉਸ 'ਤੇ ਨਾ ਬਹੁਤ ਜ਼ਿਆਦਾ ਅੱਗਾਂ ਆ ਗਏ ਰੈਸਕਿਊ ਟੀਮ ਵਾਲੇ ਇੱਥੋਂ ਗੁਲੈਂਦੇ ਗੁਲੈਂਦੇ ਅੱਗਾਂ ਵਹਿੰਦੇ ਪੈਣ ਦੇਖੋ ਕਿੱਥਾਂ ਤੱਕ ਵਹਿੰਦੇ ਨੇ ਕਿੱਥਾਂ ਤੱਕ ਨਹੀਂ ਵਹਿੰਦੇ ਅਸਾਂ ਇਹਨਾਂ ਦੇ ਨਾਲ ਨਾਲ ਜਲਦੇ ਪੈਣ ਕਿੱਥੋਂ ਬਾਅਦ ਤਲਾਸ਼ ਮਿਲਦੀ ਪਤਾ ਲੱਗ ਪਿਆ ਸੀ ਵੀਰ ਤਾਂ ਕੋਈ ਦੇਖਦੇ ਪਏ ਤੁਸੀਂ ਸਾਡੇ ਨਾਲ ਵਲੋਗ ਦੇ ਨਾਲ ਜੁੜੇ ਰਹੇ ਸਾਡੇ ਚੈਨਲ ਕੋ ਨਾ ਜਲਦੀ ਜਲਦੀ ਕਰ ਗਿਆ ਸਬਸਕ੍ਰਾਈਬ ਤਾਂ ਕਿ ਰੋਜ਼ ਦੀ ਆਉਣ ਵਾਲੀ ਨਾ ਨਵੀਂ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚਦੀ ਰਹੇ ਅਤੇ ਨਵੀਂ ਵੀਡੀਓ ਤੁਹਾਡੇ ਕੋਲ ਪਹੁੰਚਦੀ ਰਹੋ ਜਲਦੀ ਜਲਦੀ ਕਰ ਗਿਆ ਸਬਸਕ੍ਰਾਈਬ ਵੀ ਪਰ ਕਸ਼ਤੀ ਨਾਲ ਤਾਂ ਕੋਈ ਵੀ ਮਿਲਿਆ ਅਤੇ ਹੁਣ ਉਸ ਤੋਂ ਬਾਅਦ ਨਾ ਇਹ ਕੁੰਡੀਆਂ ਜੀ ਇਹਨਾਂ ਵਿੱਚ ਸਿੱਟੇਂਦੇ ਪੈਣ ਪਾਣੀ ਦੇ ਤਾਂ ਕਿ ਨਾ ਇਹਨਾਂ ਨਾਲ ਨਾ ਥੱਲੇ ਅਗਰ ਕੋਈ ਲਾਸ਼ ਹੋ ਗਈ ਸੀ ਨਾ ਜਾਂ ਕੋਈ ਐਸੀ ਚੀਜ਼ ਹੋ ਗਈ ਸੀ ਨਾ ਇਹ ਵੱਧ ਬੰਨ ਕੇ ਕੱਪੜਾ ਨਾਲ ਜਾਂ ਜਿਸਮ ਨਾਲ ਬੰਨ ਕੇ ਨਾ ਅੜ ਪੈਂਦੀਆਂ ਹਨ ਅਤੇ ਉਹਨਾਂ ਦੀ ਵਜ੍ਹਾ ਤੋਂ ਨਾ ਨਿਕਲ ਆਉਂਦੇ ਬੈਰ ਕਿਸ਼ਤੀ ਸਾਹਮਣੇ ਨਾ ਪਿੱਛਾ ਪਿੱਛਾ ਛਿੱਕਦੀ ਬਹਿੰਦੀ ਇਡੋ ਰਸਾ ਢਿੱਲਾ ਕਰਦੇ ਪੈਣ ਤਾਂ ਕਿ ਅੱਗੇ ਛਕੀਂਦੀ ਵੈਸੀ ਕੁੰਡੀਆਂ ਸਾਰੀਆਂ ਅੱਗਾਂ ਲੱਗੀਆਂ ਵੈਸਾਂ ਕੋਈ ਚੀਜ਼ ਐਸੀ ਹੋ ਸੀ ਤਾਂ ਉਹ ਵਿੱਚ ਨਾ ਅੜ ਵੈਸੀ ਹੁੰਦਾ ਇਹਦੇ ਚੜ ਵੈਸੀ ਅਤੇ ਵੱਧ ਬੈਰ ਨਿਕਲ ਆ ਸੀ ਅਗਰ ਲਾਸ਼ ਇੱਥੇ ਹੋਈ ਤਾਂ ਇੱਥੋਂ ਨਿਕਲ ਆ ਸੀ ਦੇ ਦਿਆਂਗੇ ਬਸ ਦੋਸਤੋ 24 ਘੰਟੇ ਥੀ ਗਏ ਅਤੇ ਹਾਲੇ ਤੱਕ ਲਾਸ਼ ਨਹੀਂ ਮਿਲੀ ਰੈਸਕਿਊ ਟੀਮ ਵਾਲੇ ਕੋਸ਼ਿਸ਼ ਕਰਦੇ ਰਹਿਣ ਹੁਣ ਟਾਈਮ ਥੀ ਗਿਆ ਵੇ ਸ਼ਾਮ ਦਾ ਦੇਖਦੇ ਹਾਂ ਕਿ ਹੁਣ ਅੱਗਾਂ ਵੀ ਕੋਸ਼ਿਸ਼ ਕਰਦੇ ਨੇ ਜਾਂ ਵੱਧ ਸਵੇਰੇ ਆ ਸਨ ਉਦੋਂ ਤੱਕ ਮੈਂ ਸਾਰਾ ਹਾਲ ਅਹਿਵਾਲ ਦੇਸਾਂ ਪੂਰੀ ਵੀਡੀਓ 'ਚ ਇਸ ਟਾਈਮ ਇਹਨਾਂ ਤੁਹਾਡੇ ਸਾਹਮਣੇ ਬਹੁਤ ਜ਼ਿਆਦਾ ਰਸ਼ ਲੱਗਾ ਪਿਆ ਪੁੱਲ 'ਤੇ ਦੇਖ ਸਕਦੇ ਹੋ ਤੁਸੀਂ ਕਿੱਡੀ ਆਵਾਮ ਖੜੋਤੀ ਉਸ ਸੜਕ 'ਤੇ ਆਵਾਮ ਖੜੋਤੀ ਮੈਂ ਥੋੜ੍ਹਾ ਨਾ ਦੂਰ ਥੀ ਕੇ ਬੈਠਾ ਆਵਾਮ ਤੋਂ ਦੋਸਤੋ ਸੁਬਹਾ ਤੋਂ ਗਿਣ ਕੇ ਨਾ ਸ਼ਾਮ ਥੀ ਗਈ ਵੀ ਕੋਸ਼ਿਸ਼ ਰੈਸਕਿਊ ਵਾਲੇ ਕਰਦੇ ਰਹੇ ਲੇਕਿਨ ਨਾ ਬੱਚਾ ਨਹੀਂ ਮਿਲਾ ਤਾਂ ਹੁਣ ਉਹਨਾਂ ਨੇ ਮਾਲਕਾ ਦੁਬਾਰਾ ਅਪੀਲ ਕੀਤੀ ਕਿ ਲਾਸਟ ਇੱਕ ਦਫਾ ਨਾ ਤੁਸੀਂ ਵੱਧ ਕੋਸ਼ਿਸ਼ ਕਰੋ ਸਾਹਮਣੇ ਜਾ ਲੈਣਾ ਉਸ ਜਗ੍ਹਾ 'ਤੇ ਵਧਣ ਦੀਵਾਰ ਹੈ ਕੋਈ ਕਿਸ ਸੜਕ ਤੋਂ ਦੀਵਾਰ ਹੈ ਕਿਸ ਸੜਕ ਤੋਂ ਉਹਦੇ ਦਰਮਿਆਨ 'ਚ ਜਿਹੜੇ ਸਿਲੰਡਰ ਲਾ ਕੇ ਵਧਣ ਉਹਨਾਂ ਕੋਲ ਤੁਸੀਂ ਅੰਦਰ ਭੇਜੋ ਹਿਕੜੂ ਬੰਦਾ ਕੋ ਉੱਥੇ ਕੋਸ਼ਿਸ਼ ਕਰੋ ਤੁਹਾਡੀ ਮਿਹਰਬਾਨੀ ਅਸੀਂ ਉਹਨਾਂ ਆਖੇ ਚਲੋ ਠੀਕ ਹੈ ਅਸਾਂ ਤਾਬੇਦਾਰ ਅਸਾਂ ਕੋਸ਼ਿਸ਼ ਇੱਕ ਦਫਾ ਵੱਧ ਕਰਦੇ ਪਿਆ ਫਾਈਨਲੀ ਦੋਸਤੋ ਸਾਹਮਣੇ ਨਾ ਰੈਸਕਿਊ ਟੀਮ ਵਾਲਾ ਨਾ ਟੀਮ ਮੈਂਬਰ ਜਿਹੜਾ ਹੈ ਉਹਨਾਂ ਰੈਸਕਿਊ ਵਾਲਾ ਦਾ ਉਹ ਸਾਹਮਣੇ ਤਿਆਰ ਠੀਕ ਹੈ ਇਹ ਹੁਣ ਵਹਿੰਦਾ ਪਿਆ ਪਾਣੀ ਦੇ ਅੰਦਰ ਅੰਦਰ ਵੰਨ ਕੇ ਨਾ ਸਰਚਿੰਗ ਕਰੇ ਸੀ ਪਾਣੀ ਦੇ ਅੰਦਰ ਵੰਨ ਕੇ ਦੋਸਤੋ ਤਕਰੀਬਨ ਨਾ ਸਵੇਰੇ ਤੋਂ ਕਹਿੰਦੇ ਹੁਣ ਸ਼ਾਮ ਠੀਕ ਹੈ ਇਸ ਟਾਈਮ ਨਾ ਕੁਝ ਕੋ ਨਹੀਂ ਹੱਥ 'ਚ ਆਇਆ ਤਾਂ ਹੁਣ ਇੱਥੇ ਨਾ ਰੈਸਕਿਊ ਵਾਲੇ ਨਾ ਐਂਡ ਕਰਦੇ ਪੈਣ ਬਾਅਦ ਸਵੇਰੇ ਇਨਸ਼ਾਅੱਲਾ ਦੁਬਾਰਾ ਆ ਸਨ ਰਸ਼ ਬਹੁਤ ਜ਼ਿਆਦਾ ਹੈ ਤੁਸੀਂ ਬੈਕ ਸਾਈਡ 'ਤੇ ਨਾ ਦੇਖ ਸਕਦੇ ਹੋ ਰਸ਼ ਬਹੁਤ ਜ਼ਿਆਦਾ ਆਈ ਗਿਆ ਦੁਬਾਰਾ ਵੱਧ ਨਾ ਦੁਬਾਰਾ ਕੋਸ਼ਿਸ਼ ਕਰਦੇ ਪੈਣ ਪਹਿਲੇ ਇਸ ਸਾਈਡ ਤੋਂ ਦੇਖਦੇ ਰਹਿਣ ਹੁਣ ਅਗਲੀ ਸਾਈਡ ਤੋਂ ਦੇਖਦੇ ਪੈਣ ਪਰਲੀ ਸਾਈਡ ਤੋਂ ਉਸ ਕਿਨਾਰੇ ਤੋਂ ਦੇਖਦੇ ਪੈਣ ਸਾਹਮਣੇ ਵਿਵਰ ਅੰਦਰ ਵਹਿੰਦਾ ਪਿਆ ਰੈਸਕਿਊ ਟੀਮ ਵਾਲਾ ਦੋਸਤੋ ਰਸ਼ ਚੈੱਕ ਕਰੋ ਕਿਤਨਾ ਆਏ ਪਿਆ ਰਸ਼ ਬਹੁਤ ਜ਼ਿਆਦਾ ਆਵੇ ਪਿਆ ਲੇਕਿਨ ਲਾਸ਼ ਨਹੀਂ ਮਿਲੀ ਇਸ ਟਾਈਮ ਤੱਕ ਨਾ ਕੋਈ ਪਤਾ ਨਹੀਂ ਲੱਗਾ ਰੈਸਕਿਊ ਵਾਲੇ ਵੀ ਉਹਨਾਂ ਵਾਪਸ ਘਰ ਵਹਿੰਦੇ ਪਏ ਦੇਖੋ ਵਾ ਤੁਹਾਨੂੰ ਸਵੇਰੇ ਕਿ ਬਣਦਾ ਵੈਲਕਮ ਬੈਕ ਵਿਵਰ ਮੈਂ ਆ ਗਿਆ ਸੀ ਆਪਣੇ ਘਰ ਸਿੱਧਾ ਤਾਂ ਹੁਣ ਮੈਂ ਕੋ ਨਾ ਖਬਰ ਮਿਲੀ ਭਾਈ ਮੈਂ ਕੋ ਕਾਲ ਕੀਤੀ ਭਾਈ ਮੇਰਾ ਉੱਥੇ ਹੀ ਰਹਿੰਦਾ ਨਾ ਉਸ ਮੈਂ ਕੋ ਕਾਲ ਕੀਤੀ ਕਿ ਲਾਸ਼ ਨਾ ਤਕਰੀਬਨ ਰਾਤ 3 ਵਜੇ ਮਿਲ ਗਈ ਖੁਦ ਬ ਖੁਦ ਨਾ ਉੱਤਾਂ ਤਾਰ ਆਈ ਅਤੇ ਬੰਦੇ ਉੱਥੇ ਨਾ ਪਾਰੇ ਅਤੇ ਹਨ ਪਏ ਉਹਨਾਂ ਡਿੱਠੀ ਵਾ ਤੋਂ ਲਾਸ਼ ਗਿਣਾਇਆ ਘਰ ਤਾਂ ਸਵੇਰੇ ਨਾ 6:30 ਵਜੇ ਉਹਨਾਂ ਨਾਲ ਜਨਾਜ਼ਾ ਥੀ ਗਿਆ ਵੇ ਜਨਾਜ਼ਾ ਉਹਨਾਂ ਅਦਾ ਕਰ ਛੋੜਿਆ ਹੁਣ ਉਹਨਾਂ ਦਾ ਦਫਨਾਈ ਛੋੜੋ ਸੀ 6:30 ਵਜੇ ਜਨਾਜ਼ਾ ਥੀ ਗਿਆ ਤਾਂ ਵਿਵਰ ਇਹੋ ਜਿਹਾ ਵਾਕਿਆਤ ਨਾ ਤੁਸੀਂ ਥੋੜ੍ਹਾ ਬਹੁਤ ਇਹਤਿਆਤ ਕੀਤਾ ਕਰੋ ਕਿਹੜੇ ਧਾਵਣ ਵਹਿੰਦੇ ਵੇ ਤੁਸੀਂ ਜਾਂ ਤੁਹਾਡੇ ਬੱਚੇ ਵਹਿੰਦੇ ਨੇ ਤਾਂ ਥੋੜ੍ਹਾ ਬਹੁਤ ਇਹਤਿਆਤ ਕੀਤਾ ਕਰੋ ਉਮੀਦ ਕਰੇ ਨਾ ਤੁਹਾਨੂੰ ਸਾਡੀ ਵੀਡੀਓ ਅੱਛੀ ਲੱਗੀ ਅਸੀਂ ਅਗਰ ਅੱਛੀ ਲੱਗੀ ਤਾਂ ਸਬਸਕ੍ਰਾਈਬ ਜ਼ਰੂਰ ਕਰ ਗਿਣਾ
ਤੇ ਇਤਿਆਤ ਵੀ ਜ਼ਰੂਰ ਕਰ ਗਏ ਇਹੋ ਜਿਹੇ ਵਾਕਿਆਤ ਤੋਂ। ਥੈਂਕ ਰਹਿੰਦੇ ਪਏ ਵੀਡੀਓ ਦਾ ਐਂਡ ਮਿਲਦੇ ਤੱਕੋ ਅਗਲੇ ਵੀਡੀਓ 'ਚ। ਤਦ ਤੱਕ ਅੱਲਾ ਹਾਫਿਜ਼, ਗੁੱਡ ਬਾਏ, ਥੈਂਕ ਯੂ।